ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਤੁਹਾਨੂੰ ਬਣਾਉਣਾ ਦੱਸੂਗੀ ਇਹ ਵਾਲਾ ਡਿਜ਼ਾਇਨ। ਇਹ ਡਿਜ਼ਾਇਨ ਦੀ ਸਿੱਧੀ ਸਾਈਡ ਆ, ਇਹ ਵਾਲੀ ਉਲਟੀ ਸਾਈਡ ਆ। ਇਸ ਡਿਜ਼ਾਇਨ ਨੂੰ ਬਣਾਉਣ ਦੇ ਲਈ ਸਿਲਾਈ ਉੱਪਰ ਤਿੰਨ ਤਿੰਨ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਚਾਹੀਦੇ ਨੇ ਅਤੇ ਦੋ ਕੁੰਡੇ ਵੱਧ। ਜਿਸ ਤਰ੍ਹਾਂ ਬਾਰਡਰ ਬਣਾਉਣ ਤੋਂ ਬਾਅਦ ਪਹਿਲੀ ਸਿਲਾਈ ਉੱਪਰੋਂ ਬਣਾਈ ਹੋਈ, ਪਹਿਲੀ ਸਿਲਾਈ ਮੈਂ ਤੁਹਾਨੂੰ ਇੱਥੋਂ ਬਣਾ ਕੇ ਦੱਸੂਗੀ। ਚਲੋ ਸ਼ੁਰੂ ਕਰਦੇ ਹਾਂ। ਪਹਿਲੀ ਸਿਲਾਈ ਸਿੱਧੀ ਸਾਈਡ, ਪਹਿਲਾ ਕੁੰਡਾ ਬੁਣੋ, ਚਾਹੇ ਬਿਨਾਂ ਬੁਣਿਆ ਉਤਾਰੋ, ਤੁਹਾਡੀ ਆਪਣੀ ਮਰਜ਼ੀ ਆ, ਪਰ ਮੈਂ ਇਸਨੂੰ ਉਲਟਾ ਬਣਾਉਂਗੀ। ਧਾਗਾ ਦੂਸਰੀ ਸਾਈਡ, ਸਾਰੀ ਸਿਲਾਈ ਸਿੱਧੀ ਬੁਣ ਕੇ ਕੰਪਲੀਟ ਕਰਾਂਗੇ। ਲਾਸਟ ਦਾ ਕੁੰਡਾ ਆਪਣੇ ਵੱਲ ਧੱਕਾ ਕਰਕੇ ਉਲਟਾ ਬੁਣਾਂਗੇ। ਤੁਸੀਂ ਇਸਨੂੰ ਸਿੱਧਾ ਹੀ ਬੁਣ ਸਕਦੇ ਹੋ, ਬਿਨ ਬੁਣਿਆ ਵੀ ਉਤਾਰ ਸਕਦੇ ਹੋ। ਦੂਸਰੀ ਸਿਲਾਈ ਉਲਟੀ ਸਾਈਡ, ਪਹਿਲਾ ਕੁੰਡਾ ਉਲਟਾ, ਇੱਥੋਂ ਆਪਣਾ ਡਿਜ਼ਾਇਨ ਸ਼ੁਰੂ ਹੋਊਗਾ। ਇੱਕ ਕੁੰਡਾ ਉਲਟਾ, ਅਗਲੇ ਜਿਹੜੇ ਦੋ ਕੁੰਡੇ ਨੇ, ਦੋ ਕੁੰਡਿਆਂ ਨੂੰ ਇਸ ਤਰ੍ਹਾਂ ਇਕੱਠਾ ਲੈ ਕੇ ਇਹਨਾਂ ਦੋ ਕੁੰਡਿਆਂ ਤੋਂ ਤਿੰਨ ਕੁੰਡੇ ਬਣਾਵਾਂਗੇ। ਪਹਿਲਾਂ ਦੋ ਕੁੰਡਿਆਂ ਨੂੰ ਇਕੱਠਾ ਬਣਾਵਾਂਗੇ, ਇਸ ਵਾਲੇ ਕੁੰਡੇ ਨੂੰ ਇਸ ਤਰ੍ਹਾਂ ਲੂਜ਼ ਰੱਖਾਂਗੇ। ਸਿਲਾਈ ਉੱਪਰ ਬਲ ਪਾਵਾਂਗੇ ਅਤੇ ਇਹਨਾਂ ਦੋ ਕੁੰਡਿਆਂ ਨੂੰ ਦੁਬਾਰਾ ਬਣਾਵਾਂਗੇ। ਇਹ ਦੇਖੋ, ਪਹਿਲੇ ਕੁੰਡੇ ਛੱਡ ਕੇ ਇੱਕ ਕੁੰਡਾ ਉਲਟਾ ਬਣਾਇਆ, ਦੋ ਕੁੰਡਿਆਂ ਤੋਂ ਆਪਣੇ ਤਿੰਨ ਕੁੰਡੇ ਬਣਾਏ। ਇਹਨਾਂ ਚਾਰ ਕੁੰਡਿਆਂ ਨੂੰ ਵਾਰ ਵਾਰ ਰਿਪੀਟ ਕਰਦੇ ਜਾਵਾਂਗੇ। ਇੱਕ ਕੁੰਡਾ ਉਲਟਾ, ਦੋ ਕੁੰਡਿਆਂ ਤੋਂ ਤਿੰਨ ਕੁੰਡੇ ਬਣਾਵਾਂਗੇ। ਇੱਕ ਉਹਨੂੰ ਲੂਜ਼ ਕਰਾਂਗੇ, ਸਿਲਾਈ ਉੱਪਰ ਬਲ ਪਾਵਾਂਗੇ। ਦੂਸਰਾ ਕੁੰਡਾ ਇਹਨਾਂ ਦੋ ਕੁੰਡਿਆਂ ਨੂੰ ਦੁਬਾਰਾ ਬੁਣ ਕੇ ਬਣਾਵਾਂਗੇ। ਇੱਕ ਕੁੰਡਾ ਉਲਟਾ, ਦੋ ਕੁੰਡਿਆਂ ਤੋਂ ਤਿੰਨ ਕੁੰਡੇ ਬਣਾਵਾਂਗੇ। ਇੱਕ ਦੋ ਤਿੰਨ, ਇੱਕ ਕੁੰਡਾ ਉਲਟਾ, ਦੋ ਕੁੰਡਿਆਂ ਤੋਂ ਤਿੰਨ ਕੁੰਡੇ ਬਣਾਵਾਂਗੇ। ਦੇਖੋ, ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ, ਇਹਨਾਂ ਕੁੰਡਿਆਂ ਨੂੰ ਉਤਾਰਨਾ ਨਹੀਂ ਸਿਲਾਈ ਤੋਂ, ਸਿਲਾਈ ਉੱਪਰ ਇਸ ਤਰ੍ਹਾਂ ਬਲ ਪਾਵਾਂਗੇ, ਦੁਬਾਰਾ ਇਹਨਾਂ ਕੁੰਡਿਆਂ ਨੂੰ ਬੁਣਾਵਾਂਗੇ। ਦੋ ਕੁੰਡਿਆਂ ਤੋਂ ਤਿੰਨ ਕੁੰਡੇ ਬਣ ਗਏ। ਇੱਕ ਕੁੰਡਾ ਉਲਟਾ, ਦੋ ਕੁੰਡਿਆਂ ਤੋਂ ਤਿੰਨ ਕੁੰਡੇ ਬਣਾਵਾਂਗੇ। ਇੱਕ ਦੋ ਤਿੰਨ, ਇੱਕ ਕੁੰਡਾ ਉਲਟਾ, ਦੋ ਕੁੰਡਿਆਂ ਤੋਂ ਤਿੰਨ ਕੁੰਡੇ ਬਣਾਵਾਂਗੇ। ਇੱਕ ਦੋ ਤਿੰਨ, ਇੱਕ ਕੁੰਡਾ ਉਲਟਾ, ਦੋ ਕੁੰਡਿਆਂ ਤੋਂ ਤਿੰਨ ਕੁੰਡੇ ਬਣਾਵਾਂਗੇ। ਇੱਕ ਦੋ ਤਿੰਨ, ਇੱਕ ਕੁੰਡਾ ਉਲਟਾ, ਦੋ ਕੁੰਡਿਆਂ ਤੋਂ ਤਿੰਨ ਕੁੰਡੇ ਬਣਾਵਾਂਗੇ। ਇੱਕ ਦੋ ਤਿੰਨ, ਇੱਕ ਕੁੰਡਾ ਉਲਟਾ, ਦੋ ਕੁੰਡਿਆਂ ਤੋਂ ਤਿੰਨ ਕੁੰਡੇ ਬਣਾਵਾਂਗੇ। ਇੱਕ ਦੋ ਤਿੰਨ, ਲਾਸਟ ਦਾ ਕੁੰਡਾ ਉਲਟਾ। ਤੀਸਰੀ ਸਿਲਾਈ ਸਿੱਧੀ ਸਾਈਡ, ਪਹਿਲਾ ਕੁੰਡਾ ਉਲਟਾ, ਧਾਗਾ ਦੂਸਰੀ ਸਾਈਡ। ਇਹ ਦੇਖੋ, ਜਿਹੜੇ ਆਪਾਂ ਨੇ ਦੋ ਕੁੰਡਿਆਂ ਤੋਂ ਤਿੰਨ ਕੁੰਡੇ ਬਣਾਏ ਸੀ, ਜਿਹੜਾ ਤੀਸਰਾ ਕੁੰਡਾ, ਇਸਨੂੰ ਇਸ ਤਰ੍ਹਾਂ ਸਿਲਾਈ 'ਚ ਲੈ ਕੇ ਦੋ ਕੁੰਡਿਆਂ ਦੇ ਉੱਪਰ ਦੀ ਇਸ ਤਰ੍ਹਾਂ ਉਤਾਰ ਲਵਾਂਗੇ। ਇਸ ਕੁੰਡੇ ਨੂੰ ਬੁਣਨਾ ਨਹੀਂ, ਇਸ ਤਰ੍ਹਾਂ ਹੀ ਸਿਲਾਈ 'ਚ ਰੱਖਣਾ, ਸਿਲਾਈ ਉੱਪਰ ਇਸ ਤਰ੍ਹਾਂ ਬਲ ਪਾਵਾਂਗੇ। ਦੇਖੋ, ਇੱਕ ਬਿਨ ਬੁਣਿਆ ਕੁੰਡਾ ਹੋ ਗਿਆ ਅਤੇ ਇੱਕ ਬਲ ਹੋ ਗਿਆ, ਦੋ ਕੁੰਡੇ ਇਹ, ਅਤੇ ਇੱਕ ਜਿਹੜਾ ਕੁੰਡਾ ਆਪਣੇ ਦੂਸਰੀ ਸਿਲਾਈ 'ਚ ਉਲਟਾ ਬੁਣਿਆ ਸੀ, ਇਹਨਾਂ ਤਿੰਨ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਕੁੰਡਾ ਕਰ ਦਾਂਗੇ ਇਸ ਤਰ੍ਹਾਂ। ਦੇਖੋ, ਦੋ ਕੁੰਡੇ ਇਹ ਹੋ ਗਏ, ਇੱਕ ਕੁੰਡਾ ਇਹ ਵਾਲਾ ਹੋ ਗਿਆ। ਆਪਣੇ ਕੋਲ ਚਾਰ ਕੁੰਡਿਆਂ ਤੋਂ ਵਾਪਸ ਤਿੰਨ ਕੁੰਡੇ ਬਣ ਗਏ। ਦੇਖੋ, ਇੱਕ ਦੋ ਤਿੰਨ, ਇਸ ਕੁੰਡੇ ਨੂੰ ਇਸ ਤਰ੍ਹਾਂ ਉਤਾਰਾਂਗੇ, ਦੋਹਾਂ ਕੁੰਡਿਆਂ ਦੇ ਉੱਪਰ ਦੀ ਸਿਲਾਈ ਉੱਪਰ ਇਸ ਤਰ੍ਹਾਂ ਬਲ ਪਾਵਾਂਗੇ। ਦੋ ਕੁੰਡੇ ਇਹ, ਅਤੇ ਇੱਕ ਇਹ ਨਾਲ ਵਾਲਾ ਕੁੰਡਾ, ਤਿੰਨ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਕੁੰਡਾ ਕਰਾਂਗੇ। ਸਿਲਾਈ ਸਾਰੀ ਸਿੱਧੀ ਬੁਣੀ ਜਾਣੀ ਆ, ਧਾਗਾ ਬੈਕ ਸਾਈਡ ਹੀ ਰਹੂ। ਇਹ ਦੇਖੋ, ਜਿਹੜਾ ਤੀਸਰਾ ਕੁੰਡਾ, ਇਹਨੂੰ ਇਸ ਤਰ੍ਹਾਂ ਇਹਦੇ ਕੁੰਡਿਆਂ ਦੇ ਦੋਹਾਂ ਦੇ ਉੱਪਰ ਦੀ ਉਤਾਰਾਂਗੇ। ਇਹਨੂੰ ਇਸ ਤਰ੍ਹਾਂ ਸਿਲਾਈ 'ਚ ਰੱਖਾਂਗੇ, ਸਿਲਾਈ ਉੱਪਰ ਬਲ ਪਾਵਾਂਗੇ। ਦੋ ਕੁੰਡੇ ਇਹ ਵਾਲੇ, ਇੱਕ ਕੁੰਡਾ ਇਹ ਨਾਲ ਵਾਲਾ,
ਤਿੰਨ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ। ਇਹ ਤੀਸਰੇ ਕੁੰਡੇ ਨੂੰ ਦੋ ਕੁੰਡਿਆਂ ਦੇ ਉੱਪਰ ਦੀ ਉਤਾਰਾਂਗੇ, ਸਿਲਾਈ ਉੱਪਰ ਬਲ ਪਾਵਾਂਗੇ। ਦੋ ਕੁੰਡੇ ਇਹ ਅਤੇ ਇੱਕ ਕੁੰਡਾ ਇਹ, ਤਿੰਨ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ। ਤੀਸਰੇ ਕੁੰਡੇ ਨੂੰ ਦੋ ਕੁੰਡਿਆਂ ਦੇ ਉੱਪਰ ਦੀ ਇਸ ਤਰ੍ਹਾਂ ਉਤਾਰਾਂਗੇ, ਸਿਲਾਈ ਉੱਪਰ ਇਸ ਤਰ੍ਹਾਂ ਬਲ ਪਾਵਾਂਗੇ। ਤਿੰਨ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਕੁੰਡਾ ਕਰਾਂਗੇ। ਇਹ ਤੀਸਰੇ ਕੁੰਡੇ ਨੂੰ ਦੋ ਕੁੰਡੇ ਉੱਪਰ ਦੀ ਇਸ ਤਰ੍ਹਾਂ ਉਤਾਰਾਂਗੇ, ਸਿਲਾਈ ਉੱਪਰ ਬਲ ਪਾਵਾਂਗੇ। ਦੋ ਕੁੰਡੇ ਇਹ ਅਤੇ ਇੱਕ ਕੁੰਡਾ ਨਾਲ ਵਾਲਾ, ਤਿੰਨ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ। ਇਹ ਤੀਸਰੇ ਕੁੰਡੇ ਨੂੰ ਇਸ ਤਰ੍ਹਾਂ ਦੋ ਕੁੰਡਿਆਂ ਦੇ ਉੱਪਰ ਦੀ ਉਤਾਰ ਕੇ ਸਿਲਾਈ 'ਚ ਕਰ ਲਾਂਗੇ, ਸਿਲਾਈ ਉੱਪਰ ਬਲ ਪਾਵਾਂਗੇ। ਤਿੰਨ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਕੁੰਡਾ ਕਰਾਂਗੇ। ਤੀਸਰੇ ਕੁੰਡੇ ਨੂੰ ਇਸ ਤਰ੍ਹਾਂ ਉਤਾਰਾਂਗੇ, ਸਿਲਾਈ ਉੱਪਰ ਬਲ ਪਾਵਾਂਗੇ। ਤਿੰਨ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ। ਅਤੇ ਫਿਰ ਜਿਹੜਾ ਤੀਸਰਾ ਕੁੰਡਾ ਨੂੰ ਦੋ ਕੁੰਡੇ ਉੱਪਰ ਦੀ ਇਸ ਤਰ੍ਹਾਂ ਉਤਾਰ ਲਾਂਗੇ ਬਿਨ ਬੁਣੇ, ਅਤੇ ਸਿਲਾਈ ਉੱਪਰ ਇਸ ਤਰ੍ਹਾਂ ਬਲ ਪਾਵਾਂਗੇ। ਤਿੰਨ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਕੁੰਡਾ ਕਰਾਂਗੇ। ਧਾਗਾ ਆਪਣੀ ਸਾਈਡ ਕਰਕੇ ਲਾਸਟ ਦਾ ਕੁੰਡਾ ਉਲਟਾ। ਚੌਥੀ ਸਿਲਾਈ ਉਲਟੀ ਸਾਈਡ, ਸਾਰੀ ਸਿਲਾਈ ਉਲਟੀ ਬੁਣ ਕੇ ਕੰਪਲੀਟ ਕਰਾਂਗੇ। ਇਹਨਾਂ ਚਾਰ ਸਿਲਾਈਆਂ ਨੂੰ ਵਾਰ ਵਾਰ ਰਿਪੀਟ ਕਰਦੇ ਜਾਓ ਅਤੇ ਇੱਕ ਸਾਂ ਦਾ ਡਿਜ਼ਾਇਨ ਤਿਆਰ ਕਰਦੇ ਜਾਓ। ਵੀਡੀਓ ਨੂੰ ਲਾਈਕ ਸ਼ੇਅਰ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਥੈਂਕ ਯੂ।